ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਮਲਾਈ ਕੋਫਤਾ ਬਣਾਵਾਂਗੇ ਅਤੇ ਆਹ ਅੱਗ ਵਾਲੀ ਚੁੱਲ੍ਹੇ 'ਚ ਵਲੀ ਜਾਂਦੀ ਹੈ ਅਤੇ ਕੜਾਹੀ ਧਰਾਂਗੇ। ਹੁਣ ਆਪਾਂ ਤੇਲ ਪਾਵਾਂਗੇ, ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਮਸਾਲਾ ਪਾਵਾਂਗੇ। ਲਓ ਹੁਣ ਆਪਣਾ ਤੇਲ ਗਰਮ ਹੋ ਗਿਆ ਅਤੇ ਆਪਾਂ ਸਾਬਤ ਮਸਾਲਾ ਅਤੇ ਵਿੱਚ ਮਿਰਚਾਂ ਕਾਲੀਆਂ ਅਤੇ ਤੇਜ ਪੱਤਾ ਇਹ ਪਾਵਾਂਗੇ। ਹੁਣ ਆਪਾਂ ਲਸਣ ਅਤੇ ਹਰੀ ਮਿਰਚ ਚੀਰੀ ਹੋਈ ਅਤੇ ਲਸਣ ਵੀ ਚੀਰੀ ਹੋਈ ਹੈ ਬਰੀਕ ਬਰੀਕ ਇਹ ਪਾਵਾਂਗੇ। ਹੁਣ ਆਪਾਂ ਗੰਢਾ ਚੀਰਿਆ ਹੋਇਆ ਪਾਵਾਂਗੇ। ਲਓ ਹੁਣ ਆਪਾਂ ਟਮਾਟਰ ਪਾਵਾਂਗੇ, ਦੋ ਟਮਾਟਰ ਚੀਰੇ ਹੈ ਅਤੇ ਆਹ ਮਸਾਲਾ ਥੋੜ੍ਹਾ ਥੋੜ੍ਹਾ ਭੁੱਜ ਗਿਆ। ਹੁਣ ਆਪਾਂ ਕਾਜੂ ਪਾਵਾਂਗੇ। ਥੋੜ੍ਹੀ ਥੋੜ੍ਹੀ ਅੱਗ 'ਤੇ ਭੁੰਨਾਂਗੇ ਇਹਨੂੰ, ਜ਼ਿਆਦਾ ਨਹੀਂ ਭੁੰਨਦੇ। ਹੁਣ ਆਪਣਾ ਸਾਰਾ ਸਮਾਨ ਥੋੜ੍ਹਾ ਥੋੜ੍ਹਾ ਭਿੱਜ ਗਿਆ ਭੁੱਜ ਗਿਆ ਅਤੇ ਆਪਾਂ ਆਹ ਲੂਣ ਮਿਰਚ ਪਾਵਾਂਗੇ। ਲੂਣ ਮਿਰਚ ਥੋੜ੍ਹੀ ਦੇਗੀ ਮਿਰਚ, ਹਲਦੀ ਥੋੜ੍ਹੀ ਜਿਹੀ, ਗਰਮ ਮਸਾਲਾ ਪਾਵਾਂਗੇ, ਇਹ ਵੀ ਘੱਟ ਹੀ ਪਾਵਾਂਗੇ ਆਪਾਂ। ਥੋੜ੍ਹਾ ਥੋੜ੍ਹਾ ਭੁੱਜ ਗਿਆ ਅਤੇ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾਵਾਂਗੇ। ਆਹ ਪਾਣੀ ਆਪਾਂ ਸਾਰਾ ਹੀ ਪਾ ਦਿੰਦੇ ਅੱਧੀ ਕੌਲੀ ਸੀਗੀ, ਅਤੇ ਜਦੋਂ ਪਾਣੀ ਸੁੱਕ ਗਿਆ ਜਮਾਂ ਅਤੇ ਫਿਰ ਆਪਾਂ ਇਹਨੂੰ ਲਾ ਲਾਂਗੇ ਅਤੇ ਥੋੜ੍ਹੀ ਥੋੜ੍ਹੀ ਅੱਗ 'ਤੇ ਭੁੰਨੀ ਜਾਵਾਂਗੇ ਇਹਨੂੰ, ਜੋ ਪਾਣੀ ਜਮ੍ਹਾਂ ਸੁੱਕ ਗਿਆ ਫਿਰ ਆਪਾਂ ਲਾ ਲਾਂਗੇ। ਲਓ ਆਪਣਾ ਮਸਾਲਾ ਭੁੱਜ ਗਿਆ, ਪਾਣੀ ਵੀ ਸੁੱਕ ਗਿਆ ਅਤੇ ਆਪਾਂ ਹੁਣ ਇਹਨੂੰ ਲਾਵਾਂਗੇ। ਆਪਾਂ ਹੁਣ ਮਿਕਸੀ 'ਚ ਪਾਵਾਂਗੇ ਅਤੇ ਇਹਨੂੰ ਪੀਸਾਂਗੇ। ਆਹ ਪੱਤੇ ਪੱਤੇ ਆਪਾਂ ਬਾਹਰ ਕੱਢ ਦਿਆਂਗੇ, ਇੱਕ ਇਹਦੇ ਵਿੱਚ ਪੈ ਗਿਆ। ਲਓ ਆਪਾਂ ਮਿਕਸੀ 'ਚ ਪਾ ਲਿਆ ਮਸਾਲਾ, ਜਿਹਾ ਥੋੜ੍ਹਾ ਜਿਹਾ ਠੰਡਾ ਹੋ ਗਿਆ ਫਿਰ ਆਪਾਂ ਪੀਸਾਂਗੇ। ਲਓ ਆਪਾਂ ਹੁਣੇ ਪੀਸ ਲਿਆਂਦਾ ਅਤੇ ਆਪਾਂ ਇਹਨੂੰ ਛਾਣ ਲਾਂਗੇ। ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਉੱਤੇ ਪਾਣੀ ਪਾਈ ਜਾਵਾਂਗੇ ਥੋੜ੍ਹਾ ਥੋੜ੍ਹਾ।
ਲਓ ਆਪਾਂ ਹੁਣ ਇਹ ਛਾਣ ਲਿਆ ਸਾਰਾ ਮਸਾਲਾ ਤੇ ਆਪਾਂ ਇਹਨੂੰ ਕੌਲੇ 'ਚ ਕੱਢ ਦਿਆਂਗੇ। ਹੁਣ ਆਪਾਂ ਕੜਾਹੀ ਨੂੰ ਧੋ ਕੇ ਤੇ ਫਿਰ ਕੋਫਤੇ ਤਲਾਂਗੇ। ਆਹ ਆਲੂ ਹੈ ਵਾਲੇ ਹੋਏ ਆਪਾਂ ਜਮਾਂ ਪੀਸ ਲਏ ਹੈ ਅਤੇ ਆਪਾਂ ਹੁਣ ਇਹ 'ਚ ਪਨੀਰ ਪਾਵਾਂਗੇ, ਇਹ ਵੀ ਮਿਕਸ ਕਰਾਂਗੇ ਜਮਾਂ। ਆਹ ਗੰਢਾ ਅਤੇ ਹਰੀ ਮਿਰਚ ਵਿੱਚ ਪਾਵਾਂਗੇ। ਆਪਾਂ ਵਿੱਚ ਥੋੜ੍ਹਾ ਥੋੜ੍ਹਾ ਹੁਣ ਲੂਣ ਮਿਰਚ ਪਾਵਾਂਗੇ। ਥੋੜ੍ਹਾ ਜਿਹਾ ਲੂਣ ਪਾਵਾਂਗੇ ਬਸ, ਥੋੜ੍ਹੀ ਜਿਹੀ ਮਿਰਚ, ਥੋੜ੍ਹੀ ਜਿਹੀ ਕਾਲੀ ਮਿਰਚ ਪਾਵਾਂਗੇ। ਵਿੱਚ ਆਪਾਂ ਇੱਕ ਚਮਚਾ ਹਰਾ ਰੋਟ ਪਾਵਾਂਗੇ। ਇੰਨਾ ਕੁ ਹਰਾ ਰੋਟ ਪਾਵਾਂਗੇ। ਮੱਖੀਆਂ ਵੜੀਆਂ, ਮੱਖੀਆਂ ਹੀ ਆ ਜਾਂਦੀਆਂ ਉਦੋਂ ਹੀ, ਮਾੜਾ ਜਿਹਾ ਹੱਥ ਪਾਸੇ ਨਹੀਂ ਕਰਨ ਦਿੰਦੀਆਂ। ਹੁਣ ਆਪਾਂ ਕੜਾਹੀ ਧੋ ਕੇ ਅਤੇ ਰਿਫਾਇੰਡ ਉੱਤੇ ਧਰਾਂਗੇ ਚੁੱਲ੍ਹੇ ਦੇ, ਅਤੇ ਰਿਫਾਇੰਡ 'ਚ ਤਲਾਂਗੇ ਕੜਾਹੀ 'ਚ ਪਾ ਕੇ। ਸਾਫ ਕਰ ਲਿਆਂਦੀ ਅਤੇ ਆਪਾਂ ਹੁਣ ਅੱਗ ਬਲ ਪਈ ਹੈ ਅਤੇ ਇੱਥੇ ਧਰਾਂਗੇ। ਹੁਣ ਵਿੱਚ ਰਿਫਾਇੰਡ ਪਾਵਾਂਗੇ। ਜੇ ਰਿਫਾਇੰਡ ਗਰਮ ਹੋ ਗਿਆ ਫਿਰ ਕੋਫਤੇ ਪਾਵਾਂਗੇ ਅਤੇ ਆਪਾਂ ਉਦੋਂ ਨੂੰ ਅਤੇ ਗਰਮ ਹੋ ਜੂਗਾ ਉਦੋਂ ਨੂੰ ਆਪਾਂ ਕੋਫਤੇ ਬਣਾ ਲੈਂਦੇ ਹਾਂ। ਐਂ ਐਂ ਕਰਕੇ ਆਪਾਂ ਸਾਰੇ ਬਣਾ ਲਾਂਗੇ। ਗਰਮ ਹੋ ਗਿਆ ਅਤੇ ਕੋਫਤੇ ਵੀ ਬਣ ਗਏ ਅਤੇ ਹੁਣ ਆਪਾਂ ਇਹਨੂੰ ਪਾਵਾਂਗੇ ਕੜਾਹੀ 'ਚ। ਜਿੰਨੇ ਪੈਣਗੇ, ਚਾਰ ਪੈਣ ਪੰਜ ਪੈਣ ਆਪਾਂ ਪਾ ਦਿਆਂਗੇ। ਪੰਜ ਛੇ ਪਾਤੇ ਹੈ। ਤਾਂ ਆਪਣੇ ਕੋਫਤੇ ਬਣ ਗਏ, ਆਪਾਂ ਬਾਹਰ ਕੱਢਾਂਗੇ। ਐਂ ਕਰਕੇ ਆਪਾਂ ਸਾਰੇ ਕੱਢ ਲਾਂਗੇ। ਕੋਫਤੇ ਤਿਆਰ ਹੋ ਗਏ ਅਤੇ ਆਪਾਂ ਕੱਢਾਂਗੇ। ਆਪਾਂ ਕੜਾਹੀ ਵਿਹਲੀ ਕਰਕੇ ਇਹਦੇ ਵਿੱਚ ਆਪਾਂ ਉਹ ਪਾਵਾਂਗੇ ਮਸਾਲਾ ਜਿਹੜਾ ਪਹਿਲਾਂ ਆਪਾਂ ਬਣਾਇਆ ਗਾ।
ਸੁਣਿਆ ਹੋਇਆ ਛਾਣਿਆ ਹੋਇਆ ਉਹ ਪਾਵਾਂਗੇ। ਪਕੜਾਈ ਵੀ ਵਿਹਲੀ ਕਰ ਲਈ ਅਤੇ ਆਪਾਂ ਉੱਤੇ ਧਰ ਕੇ ਅਤੇ ਹੁਣ ਆਪਾਂ ਛਾਣਿਆ ਹੋਇਆ ਪਾਵਾਂਗੇ ਮਸਾਲਾ। ਮਸਾਲਾ ਹੀ ਕਹਿੰਦੇ ਹੋਰ ਕੀ ਹੈ। ਲਓ ਹੁਣ ਥੋੜ੍ਹਾ ਥੋੜ੍ਹਾ ਗਰਮ ਹੋਣ ਲੱਗ ਗਿਆ। ਵਧੀਆ ਗਾੜਾ ਗਾੜਾ ਹੈ ਨਾਲੇ। ਅਤੇ ਆਪਾਂ ਵਿੱਚ ਆਹ ਅਮਚੂਰ ਅਤੇ ਮਸੂਰੀ ਮੇਥੀ ਪਾਵਾਂਗੇ। ਕਸੂਰੀ ਮੇਥੀ ਪਾਵਾਂਗੇ। ਪਹਿਲਾਂ ਅਮਚੂਰ ਪਾ ਦਿੰਦੇ ਆਪਾਂ। ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਜਦੋਂ ਰਿੱਝਣ ਲੱਗ ਗਈ ਫਿਰ ਆਪਾਂ ਲਾਵਾਂਗੇ। ਲਓ ਆਪਣਾ ਮਸਾਲਾ ਪੂਰਾ ਗਰਮ ਹੋ ਗਿਆ, ਰਿੱਝੀ ਜਾਂਦਾ ਅਤੇ ਆਪਾਂ ਇਹ ਲਾਵਾਂਗੇ। ਇਸੇ ਤਰ੍ਹਾਂ ਆਪਾਂ ਉੱਤੇ ਪਾਵਾਂਗੇ, ਗਰਮ ਗਰਮ ਪਾਵਾਂਗੇ। ਆਪਾਂ ਉੱਥੇ ਕਰੀਮ ਪਾਵਾਂਗੇ। ਥੋੜ੍ਹੀ ਜਿਹੀ ਆਪਾਂ ਰੱਖ ਲਵਾਂਗੇ, ਜ਼ਿਆਦਾ ਹੈਗੀ, ਜ਼ਿਆਦਾ ਸਾਰੇ ਨਹੀਂ ਪਾਉਂਦੇ। ਦੇਖੋ ਕਿੱਡੇ ਵਧੀਆ ਬਣੇ ਕੋਫਤੇ। ਲਓ ਹੁਣ ਕਿੱਡੇ ਵਧੀਆ ਬਣੇ ਆਪਣੇ ਮਲਾਈ ਕੋਫਤੇ, ਬਹੁਤ ਵਧੀਆ ਬਣੇ ਹੈਗੇ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।